ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਅੱਜ ਆਪਾਂ ਐਕਸਰਸਾਈਜ਼ 6.2 ਕਰਨ ਲੱਗੇ ਹਾਂ। ਇਹ ਆਪਣੀ 10th ਕਲਾਸ ਦਾ ਚੈਪਟਰ ਹੈ ਜੀ, ਠੀਕ ਹੈ ਜੀ। ਇਹਦਾ ਮੈਂ ਪਾਰਟ 1 ਅਤੇ ਪਾਰਟ 2 ਕਰਾਤਾ ਹੈ। ਉਹਦੇ ਵਿੱਚ ਮੈਂ ਤੁਹਾਨੂੰ ਬੇਸਿਕ ਸਮਝਾਤਾ ਹੈ ਵੀ ਇਹ ਕਿਸ ਤਰੀਕੇ ਨਾਲ ਐਕਸਰਸਾਈਜ਼ ਚੱਲਣੀ ਆ। ਇਹਦੇ ਲਈ ਤੁਹਾਨੂੰ ਦੋ ਥਿਊਰਮਾਂ, ਜਿਹੜੇ ਦੋ ਮੇਨ ਕਨਸੈਪਟ ਸੀ, ਉਹ ਕਲੀਅਰ ਹੋਣੇ ਚਾਹੀਦੇ ਨੇ। ਮੇਨ ਵੈਸੇ ਇੱਕੋ ਹੀ ਤੁਸੀਂ ਚੰਗੀ ਤਰੀਕੇ ਨਾਲ ਸਮਝ ਲਓ, ਉਹ ਕਿਹੜਾ ਸੀ, ਆਹ ਵਾਲਾ ਚੀਜ਼ ਸੀਗਾ। ਕਹਿੰਦਾ ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀਆਂ ਹੋਈ ਇੱਕ ਰੇਖਾ ਖਿੱਚ ਦਿੱਤੀ ਜਾਵੇ ਤਾਂ ਬਾਕੀ ਦੀਆਂ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਨੇ। ਮਤਲਬ ਜੇ ਇੱਕ ਰੇਖਾ ਦੇ ਸਮਾਂਤਰ ਦੂਜੀ ਰੇਖਾ ਖਿੱਚ ਦਿੱਤੀ ਜਾਵੇ, ਜਿਹੜੀ ਬਾਕੀ ਦੋ ਭੁਜਾਵਾਂ ਹੈ ਜਿਹੜੀਆਂ ਬਚੀਆਂ ਸੀ, ਉਹ ਕੀ ਹੁੰਦੀਆਂ ਨੇ, ਸਮਾਨ ਅਨੁਪਾਤ ਵਿੱਚ ਕੱਟੀਆਂ ਜਾਂਦੀਆਂ ਨੇ। ਮਤਲਬ ਜਿਵੇਂ ਏ ਬੀ ਸੀ ਸੀ, ਤਾਂ ਆਹ ਬੀ ਸੀ ਰੇਖਾ ਦੇ ਮੈਂ ਸਮਾਂਤਰ ਇੱਕ ਰੇਖਾ ਖਿੱਚਤੀ ਕਿਹੜੀ, ਡੀ ਈ। ਤਾਂ ਜਿਹੜੀ ਡੀ ਈ ਰੇਖਾ ਸੀਗੀ, ਇਹਨੇ ਕੀ ਕੀਤਾ, ਏ ਬੀ ਰੇਖਾ ਨੂੰ ਅਤੇ ਏ ਸੀ ਰੇਖਾ ਨੂੰ ਬਰਾਬਰ ਭਾਗਾਂ 'ਚ ਵੰਡਤਾ। ਕਿਹਦੇ ਵਿੱਚ, ਏ ਡੀ ਬਾਏ ਬੀ ਡੀ ਦੇ ਵਿੱਚ, ਏ ਡੀ ਬਾਏ ਚਾਹੇ ਡੀ ਬੀ ਲਿਖ ਲਓ, ਕੋਈ ਫਰਕ ਨਹੀਂ ਪੈਂਦਾ ਹੈਗਾ। ਅਤੇ ਦੂਜੀ ਆਹ ਵਾਲੀ ਰੇਖਾ ਨੂੰ ਕਿਹ 'ਚ ਘੱਟਤਾ, ਏ ਈ ਬਾਏ ਈ ਸੀ ਦੇ ਵਿੱਚ, ਠੀਕ ਹੈ ਜੀ। ਤਾਂ ਦੂਜਾ ਇਹਦਾ ਉਹ ਕੀ ਸੀ, ਉਲਟ ਕੀ ਸੀਗਾ, ਕਿ ਜੇ ਇਹਨਾਂ ਦੇ ਅਨੁਪਾਤ ਸਮਾਨ ਨੇ ਤਾਂ ਜਿਹੜੀ ਇੱਕ ਰੇਖਾ ਕੱਟੇਗੀ ਉਹ ਕੀ ਹੋਏਗੀ, ਕਿਸੇ ਇੱਕ ਭੁਜਾ ਦੇ ਸਮਾਂਤਰ ਹੋਏਗੀ। ਤਾਂ ਆਪਾਂ ਇਸ ਥਿਊਰਮ ਨੂੰ ਯੂਜ਼ ਕਰਕੇ ਹੀ ਇਹ ਐਕਸਰਸਾਈਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਆ। ਬਸ ਆਹ ਵਾਲਾ ਕਨਸੈਪਟ ਇਹਦੇ ਵਿੱਚ ਚੱਲਣਾ ਹੈ। ਤਾਂ ਪਹਿਲਾ ਕੁਸ਼ਚਨ ਹੈਗਾ ਇਹ ਚਿੱਤਰ, ਕਹਿੰਦਾ ਡੀ ਈ ਪੈਰਲਲ ਹੈ ਬੀ ਸੀ ਦੇ। ਜੇ ਡੀ ਈ ਪੈਰਲਲ ਦਿੱਤੀ ਤੁਹਾਨੂੰ, ਕਿਹਦੇ, ਬੀ ਸੀ ਦੇ ਪੈਰਲਲ ਦਿੱਤੀ, ਠੀਕ ਹੈ। ਉਹਨੇ ਕਿਹਾ ਹੀ ਦਿੱਤਾ ਜੇ ਡੀ ਈ ਪੈਰਲਲ ਹੈ ਬੀ ਸੀ ਦੇ, ਠੀਕ ਹੈ, ਤਾਂ ਇਹਦਾ ਦੂਜਾ ਪੁਆਇੰਟ ਕੀ ਹੋ ਗਿਆ, ਜੇ ਡੀ ਈ ਪੈਰਲਲ ਬੀ ਸੀ ਦੇ ਤਾਂ ਮਤਲਬ ਫਿਰ ਏ ਡੀ ਬਾਏ ਡੀ ਬੀ ਦੀ ਰੇਸ਼ੋ ਕਿਹਦੀ ਇਕੁਅਲ ਹੋਣੀ ਚਾਹੀਦੀ ਆ, ਏ ਈ ਬਾਏ ਏ ਸੀ ਦੀ ਰੇਸ਼ੋ ਦੇ। ਕਲੀਅਰ ਆ ਜੀ, ਕਿਉਂਕਿ ਮੈਨੂੰ ਇੱਕ ਗੱਲ ਪਤਾ ਲੱਗ ਗਈ, ਠੀਕ ਹੈ, ਅਤੇ ਦੂਜੀ ਗੱਲ ਮੈਂ ਬਣਾ ਲੂੰਗਾ। ਤਾਂ ਥਿਊਰਮ ਇਹੀ ਪੂਰੀ ਕਹਿੰਦੀ ਸੀਗੀ, ਜੇ ਇੱਕ ਰੇਖਾ ਦੇ, ਥਿਊਰਮ ਕੀ ਕਹਿੰਦੀ ਸੀਗੀ, ਜੇ ਇੱਕ ਭੁਜਾ ਦੇ ਸਮਾਂਤਰ ਭੁਜਾ ਖਿੱਚੋ ਤਾਂ ਕੀ ਹੋ ਜਾਂਦੀਆਂ ਨੇ, ਉਹ ਭੁਜਾਵਾਂ ਸਮਾਨ ਅਨੁਪਾਤ 'ਚ ਕੱਟੀਆਂ ਜਾਂਦੀਆਂ ਨੇ। ਹੁਣ ਕੀ ਕਹਿੰਦਾ ਪਿਆ ਏ, ਉਹ ਕਹਿੰਦਾ ਪਿਆ ਏ ਕਿ ਇੱਕ ਜਿਹੜੀਆਂ ਦੋਨੋਂ ਜਿਹੜੀ ਇੱਕ ਭੁਜਾ ਏ, ਜਿਹੜੀ ਇੱਕ ਸਾਈਡ ਹੈ ਡੀ ਈ ਹੈ, ਉਹ ਪੈਰਲਲ ਹੈ, ਕਿਹਦੇ ਪੈਰਲਲ ਹੈ, ਬੀ ਸੀ ਦੇ ਆ, ਠੀਕ ਹੈ ਜੀ, ਉਹ ਸਮਾਂਤਰ ਹੈ, ਠੀਕ ਹੈ ਜੀ, ਸਮਾਂਤਰ ਦੂਜੀ ਭੁਜਾ ਦੇ। ਤਾਂ ਇਹਦਾ ਮਤਲਬ ਹੋਇਆ ਕਿ ਇਹਦੀ ਅਨੁਪਾਤ ਅਤੇ ਇਹਦਾ ਅਨੁਪਾਤ ਕੀ ਹੋਣਾ ਚਾਹੀਦਾ, ਇਹ ਬਰਾਬਰ ਹੋਣਾ ਚਾਹੀਦਾ ਹੈ, ਕਲੀਅਰ ਜੀ। ਚਲੋ ਹੁਣ ਆਪਾਂ ਨੂੰ ਸੋਲਵ ਕਰਦੇ ਹਾਂ। ਤਾਂ ਪਹਿਲਾ ਕੁਸ਼ਚਨ ਮੇਰੇ ਕੋਲ ਕੀ ਆ, ਸਾਡੇ ਕੋਲ ਐਕਸਰਸਾਈਜ਼ ਹੈਗੀ ਆ 6.2 10th ਕਲਾਸ ਦਾ, ਠੀਕ ਹੈ ਜੀ। ਤੁਹਾਨੇ ਸਾਨੂੰ ਡਾਇਗਰਾਮ ਦਿੱਤਾ ਇੱਦਾਂ, ਇੱਥੇ ਮੇਰੇ ਕੋਲ ਕੀ ਹੈ, ਏ ਬੀ ਸੀ ਡੀ ਅਤੇ ਈ, ਅਤੇ ਮੈਨੂੰ ਗਿਵਨ ਕੀ ਹੈ, ਹੈ ਨਾ, ਦਿੱਤਾ ਕੀ ਗਿਆ ਮੈਨੂੰ, ਹੈ ਨਾ, ਦਿੱਤਾ ਕੀ ਹੋਇਆ, ਦਿੱਤਾ ਹੈ, ਠੀਕ ਹੈ ਜੀ। ਮੈਟਰ ਇੱਦਾਂ ਹੀ ਚੱਲਦੀ, ਦਿੱਤਾ ਕੀ ਹੈ ਅਤੇ ਲੱਭਣਾ ਕੀ ਹੈ। ਤਾਂ ਦਿੱਤਾ ਕੀ ਹੈ, ਮੈਨੂੰ ਸਭ ਤੋਂ ਪਹਿਲੀ ਗੱਲ ਦਿੱਤੀ ਹੈ ਕਿ ਜਿਹੜਾ ਡੀ ਈ ਹੈ ਉਹ ਪੈਰਲਲ ਹੈ ਬੀ ਸੀ ਦੇ, ਜੇ ਡੀ ਈ ਪੈਰਲਲ ਹੈ ਬੀ ਸੀ ਦੇ ਤਾਂ ਇਸ ਲਈ ਕੀ ਹੋਏਗਾ, ਜਿਹੜਾ ਏ ਡੀ ਦੀ ਰੇਸ਼ੋ ਹੈ ਉਹ ਕਿਹਦੇ ਇਕੁਅਲ ਹੋਏਗੀ, ਡੀ ਬੀ ਦੇ ਇਜ਼ ਇਕੁਅਲ ਟੂ ਏ ਈ ਦੀ ਰੇਸ਼ੋ ਹੋਣੀ ਚਾਹੀਦੀ ਹੈ ਈ ਸੀ ਦੇ, ਠੀਕ ਹੈ। ਆਹ ਪਹਿਲੀ ਤੋਂ ਆਹ ਚੀਜ਼ ਬਣ ਗਈ, ਜੇ ਇਹ ਹੈ ਤਾਂ ਆਹ ਵੀ ਹੋਏਗਾ, ਇਹੀ ਤਾਂ ਥਿਊਰਮ ਆਈ ਸੀ, ਹੈ ਨਾ। ਤਾਂ ਹੁਣ ਸਵਾਲ ਨੂੰ ਆਪਾਂ ਸੋਲਵ ਕਰ ਲੈਣਾ। ਤਾਂ ਏ ਡੀ ਦੀ ਵੈਲਿਊ ਕੀ ਹੁੰਦੀ ਕਿਵੇਂ ਮੈਨੂੰ, 1.5 ਸੈਂਟੀਮੀਟਰ, ਅਤੇ ਇਹਦੀ ਵੈਲਿਊ ਕਿੰਨੀ ਕਿਵੇਂ ਮੈਨੂੰ, 3 ਸੈਂਟੀਮੀਟਰ, ਇਹਦੀ ਵੈਲਿਊ ਕਿਵੇਂ ਮੈਨੂੰ, 1 ਸੈਂਟੀਮੀਟਰ, ਇਹਦੀ ਵੈਲਿਊ ਲੱਭਣੀ ਆ, ਇਹ ਐਕਸ ਹੈ। ਕੁਸ਼ਚਨ ਮੈਨੂੰ ਇਹੀ ਕਿਹਾ ਹੈ ਕਿ ਪਹਿਲੇ ਵਿੱਚ ਈ ਸੀ ਨੂੰ ਪਤਾ ਕਰੋ, ਇਹਦੇ ਵਿੱਚ ਮੈਨੂੰ ਇਹੀ ਕਿਹਾ ਗਿਆ ਕਿ ਪਹਿਲੇ ਵਿੱਚ ਈ ਸੀ ਨੂੰ ਪਤਾ ਕਰੋ, ਆਹ ਵਾਲੀ ਚੀਜ਼ ਲੱਭਣੀ ਆ, ਪਹਿਲੇ ਵਿੱਚ ਈ ਸੀ ਲੱਭਣੀ ਆ, ਦੂਜੇ ਦੇ ਵਿੱਚ ਕੀ ਲੱਭਣੀ ਆ, ਮੈਂ ਏ ਡੀ ਲੱਭਣੀ ਆ, ਕਲੀਅਰ ਆ ਜੀ। ਇਹ ਵੀ ਇਹਦੇ ਸਮਾਂਤਰ ਖਿੱਚੀ ਹੋਈ ਹੈ, ਇਹਦੇ ਵਿੱਚ ਵੀ ਇਹਨੇ ਕੀ ਕਿਹਾ ਹੈ, ਦੂਜੀ ਦੇ ਵਿੱਚ ਵੀ ਕੀ ਕਿਹਾ ਹੈ, ਜਿਹੜੀ ਬੀ ਸੀ ਹੈ ਉਹ ਡੀ ਈ ਦੇ ਕੀ ਹੈ, ਸਮਾਂਤਰ ਹੀ ਹੈ, ਠੀਕ ਹੈ ਜੀ। ਕੁਸ਼ਚਨ ਇਹ ਕਲੀਅਰ ਹੈ, ਕੋਈ ਇਹ ਪ੍ਰੋਬਲਮ ਨਹੀਂ ਹੈਗੀ। ਤਾਂ ਫਿਰ ਅਸੀਂ ਇਸ ਚੀਜ਼ ਨੂੰ ਕੀ ਬਣਾ ਲਾਂਗੇ, ਕਿਉਂਕਿ ਡੀ ਈ ਪੈਰਲਲ ਹੈ ਇਸ ਚੀਜ਼ ਦੇ ਅਤੇ ਸਾਨੂੰ ਸਭ ਕੁਝ ਗਿਵਨ ਹੈ। ਤਾਂ ਈ ਸੀ ਨੂੰ ਅਸੀਂ ਕੀ ਮੰਨ ਲਿਆ, ਐਕਸ, ਜਿਹੜੀ ਚੀਜ਼ ਲੱਭਣੀ ਲੱਭ। ਅਤੇ ਹੁਣ ਅਸੀਂ ਇੱਥੇ ਲਿਖਾਂਗੇ ਮੂਲ ਸਮਾਨ ਅਨੁਪਾਤਤਾ ਪਰਮੇਅ ਦੁਆਰਾ ਆਹ ਜਿਹੜੀ ਚੀਜ਼ ਬਣੀ ਹੈ ਨਾ, ਇਹ ਮੂਲ ਸਮਾਨ ਅਨੁਪਾਤ ਪਰਮੇਅ ਦੁਆਰਾ ਬਣਨੀ ਹੈ। ਇਸ ਕਰਕੇ ਤਾਂ ਲਿਖ ਲਾਂਗੇ ਏ ਡੀ ਬਾਏ ਡੀ ਬੀ ਇਜ਼ ਇਕੁਅਲ ਟੂ ਏ ਈ ਬਾਏ ਈ ਸੀ, ਠੀਕ ਹੈ। ਤੁਹਾਨੂੰ ਗੱਲ ਸਮਝ ਆ ਰਹੀ ਹੈ ਨਾ, ਵੀ ਜਿਓਮੈਟਰੀ ਕਿੱਦਾਂ ਸੋਲਵ ਕਰਦੇ ਪਏ ਆਪਾਂ। ਮੈਨੂੰ ਇੱਕ ਚੀਜ਼ ਪਤਾ ਸੀ, ਮੈਂ ਦੂਜੀ ਚੀਜ਼ ਬਣਾ ਰਿਹਾ ਉੱਤੋਂ। ਤਾਂ ਏ ਡੀ ਦੀ ਵੈਲਿਊ ਕਿਵੇਂ ਕਿੰਨੀ ਕਿਵੇਂ ਹੈ ਮੈਨੂੰ, ਏ ਡੀ ਕਿਵੇਂ ਹੈ 1.5 ਸੈਂਟੀਮੀਟਰ, ਅਤੇ ਡੀ ਬੀ ਕਿੰਨਾ ਕਿਵੇਂ ਹੈ ਮੈਨੂੰ 3 ਸੈਂਟੀਮੀਟਰ, ਏ ਈ ਕਿੰਨਾ ਕਿਵੇਂ ਹੈ ਮੈਨੂੰ 1 ਸੈਂਟੀਮੀਟਰ, ਅਤੇ ਈ ਸੀ ਮੈਨੂੰ ਐਕਸ ਪਤਾ ਨਹੀਂ। ਤਾਂ ਏ ਡੀ ਦੀ ਵੈਲਿਊ ਕਿੰਨੀ ਹੈਗੀ, 1.5 ਸੈਂਟੀਮੀਟਰ, ਠੀਕ ਹੈ ਜੀ। ਦੂਜਾ ਮੇਰੇ ਕੋਲ ਕਿੰਨਾ ਆ ਗਿਆ 3, ਇੱਥੇ ਸੈਂਟੀਮੀਟਰ ਲਿਖਣ ਦੀ ਲੋੜ ਨਹੀਂ ਹੈਗੀ, ਸਿੱਧੀਆਂ ਵੈਲਿਊ ਲਿਖੋ ਬਾਏ ਐਕਸ। ਇੱਥੇ ਇਜ਼ ਇਕੁਅਲ ਟੂ ਦਾ ਸਾਈਨ ਪਿਆ, ਤਾਂ ਇਹ ਕੀ ਹੋ ਜਾਣਗੇ, ਕਰੋਸ
मल्टीप्लाई, ठीक है जी। बस इन्हें एक इन चीज़ में ज़्यादा याद रख लो, जिमें एक बटा दो ते तीन बटा एक्स पे ने, है ना, जिमें इज इक्वल टू द साइन पे हमेशा क्यों क्रॉस मल्टीप्लाई, जे एक बटा दो प्लस तीन बटा दो पे आए ये हमेशा की होएगा एल सी एम करके सॉल्व होएगा, ठीक है जी। तीन बटा दो माइनस एक बटा दो पे आया ये भी की करके होएगा सॉल्व, एल सी एम करके सॉल्व होएगा, ये वाला चीज़ जे इज इक्वल टू पे आया एक क्रॉस मल्टीप्लाई, इनू इधर मल्टीप्लाई करो, इनू इधर मल्टीप्लाई करो, जिन्होंने इधर लेके जाऊँगा ये बन गया 1.5x इज इक्वल टू ये कि बन गया मेरे को 3। हूँ ये दोनों 1.5 इंटू एक्स पे आना, मतलब मल्टीप्लाई पे ने, जो इधर मल्टीप्लाई पे आए वो इधर जाके डिवाइड हो जाएगा, क्योंकि एक्स तो मैं लभना है, इस करके मैं कि रख लिया अपने लैफ्ट हैंड साइड वाले, ये मेरे को खब्बा पासा, ये मेरे को सज्जा पासा, ठीक है जी। इस करके एक्स इतने पे आ गया, एक्स में मैं इधर रखे तो इधर जाके क्यों हो जाए डिवाइड, है ना। हूँ इनू डिवाइड करना चाहते तुम तो एक की है चीज़ हैगी है, इनू चेंज कर लो किनू, आह इनू एक बटा दस बना लो, सौखा हो जाएगा। देखो इनू अलग बना के देखो, तीन एक पॉइंट पढ़ू की एक डेसिमल कन्वर्ट करके दस कर लो। हूँ देखो ये मेरे को पिया है ए बाय, पहला मेरे को बी सीगा, ठीक है जी, इनू आप छोटा करके लिखते हैं, पहला मेरे को ए बाय ए बी सीगा, हूँ मेरे को आ गया सी आ गया। जे ध्यान देखा जाए ए डिवाइड करता पिया है किनू, बी बाय सी, यही चीज़ ना, ए डिवाइड करता पिया है पहला, क्योंकि ए थले बी पिया, ए डिवाइड करता पे बी बाय सी, ए थले हूँ मैं वन मान लैंदा, तो ए बाय वन इंटू सी बाय बी कर लेना है, तो ए दे नाल सी मल्टीप्लाई कर दो, बी दे नाल वन मल्टीप्लाई कर दो, मतलब ए दे नाल किनू मल्टीप्लाई कर दो, सी नाल मल्टीप्लाई कर दो, दैट मीनस ए उपर जाके की हो जाएगा मल्टीप्लाई हो जाएगा ना, क्योंकि आ कौन है ए, आ कौन है बी, आ कौन है सी, ठीक है। तो ए नू सी दे नाल मल्टीप्लाई कर दो, ए की बन गया ए सी बाय बी फॉर्मूला बनया सी मेरे को, तो ए मेरे को बन गया तीन इंटू दस बाय पंद्रह, ठीक है जी। तीन का भाड़ा पढ़ो किन्ने ते गया, ये चला जाएगा थोड़े कोल पंज ते, पंज नाल कट दो ते, तो थोड़े कोल किन्ना गया 2 सेंटीमीटर। तो जी तुम्हें ए ई लभनी सी, ई सी लभनी सी, ये को 2 सेंटीमीटर। क्लीयर जी, पहला सवाल अपना सॉल्व हो गया, ये कुछ नहीं, तो अपन नैक्सट हम देखते हैं। सैकेंड सम साढ़े को एक्सरसाइज साड़ी हैगी 6.2, तो फस्ट का सैकेंड पार्ट, क्लीयर चीज़। ये भी सानू की गिवन है, मैं सीधा ही बना रहा, उदा गिवन सानू टेढ़ा है ए बी सी डी ते ई, ठीक है। ए गिवन है 8.8 सेंटीमीटर, 5.4 सेंटीमीटर, 7.2 सेंटीमीटर। इस एक्स लभना है, उ सानू दिता की गया है, दिता है सानू कि डी ई पैरल है बी सी दे, इसलिए अनुपातता प्रमेय, है ना, अनुपातता प्रमेय से ना, मूल समान अनुपातता, मूल समान अनुपातता प्रमेय द्वारा ये साढ़े कोल की हो गया, ये साढ़े कोल की हो गया। देखो इसका दूजा नाम है थेल्स थ्योरम, यदि नाम दूजा नाम की है मूल समान अनुपातता, ही दूजा नाम थेल्स है, याद रखियो, ये तुम्हें इतने दिखा दिना अपने कोल है, सवाल तो अपना चल ही जाना, आ चीज़ रही है, ठीक है जी। दो समान कोणी त्रिभुजा विच उन्हां दी संगत भुजावां दा अनुपात हमेशा समान रहिंदा है, अजिहा विश्वास किया जाता है कि इस दे लई उसने एक परिमाण का प्रयोग किया सी जिसनों मूल समान अनुपात का प्रमेय किया जाता है। मूल समान अनुपात का प्रमेय बेसिक प्रोपोर्शनैलिटी थ्योरम नूं समझण लई आओ हेठ लिखे क्रिया करिए, ठीक है जी। ये तुहाडे कोल की है मूल समान अनुपात का प्रमेय दे द्वारा हुंदा है, ठीक है जी। तो ये चीज़ साडे कोल की है उहदा प्रूव है, मूल समान अनुपात का प्रूव है साडे कोल। इह वापस क्वेश्चन ते चलते हैं, अच्छा जी ये साढ़े को गया डी ई पैरल के आ गया बी सी दे, तो इस करके ए डी बाय की होएगा डी बी, तो ए ई बाय की हो जाएगा ई सी। ये किस तरीका है मूल परमा मूल समान पर अनुपातता परमेय यही कहता है कि जे एक लाइन के पैरल दूजी पैरल लाइन खिंची जाए, है ना, एक भुजा के पैरल दूजी भुजा खिंची जाए तो जी बाकी दो भुजावं बचिया सी वो समान अनुपात के वंडिया जाए, ठीक है, वो समान अनुपात वंडिया जाए, तो अनुपात क्यों चाहिए समान होना चाहिए। तो इस करके मैं इसकी वैल्यू लिख लूँगा, हम मेरे को की है तो ए डी की वैल्यू तो मैं पता नहीं, ये किन्नी है मेरे को एक्स एक्स बाय 7.2 तो 1.8 बाय 5.4, फिर क्रॉस मल्टीप्लाई कर लो, है ना, क्रॉस मल्टीप्लाई करके देखो। हूँ इन इधर उपर चक्के लैके आने की लड़ ही नहीं, क्योंकि ये खब्बे पासे पहले ही पिया है, असं जी चीज़ लभनी होंगी ना खब्बे पासे करते होंगे, ये तो पहले खब्बे पासे पिया, इस करके एक्स में इधर ही पिया रहने दो, 1 पॉइंट इधर लै जाओ
तो 7.2 इधर चला गया तो 5.4 चला गया है ना। हूँ जो थोड़ा कन्फ्यूजन हैगी है ठीक है, जो थोड़ा तो कन्फ्यूजन होंगी है कि डेसीमल पॉइंट कि करना है तो इदा कर लो 1.8 का चक्के कोई ना इतने 10 लगा लो, तो 7.2 का चक्के ये थले 10 लगा लो, तो 5.4 का चक्के उपर 10 लगा लो, 10 ना तो 10 कट्टे जाएंगे ठीक है, कोई चक्कर नहीं है, ये फिर बिना डेसीमल वाले हो गए सारे। हूँ 18 का पहाड़ा पढ़ो ठीक है जी, 18 का टेबल तुम पढ़ सकते हो, 18 के टेबल से पढ़ेंगे वो। अच्छा जे तुम हले भी कन्फ्यूजन है भी कि उपर नीचे लेंदे तो ध्यान देखो ये इदा पिया है 1.8 गुणा 7.2 गुणा 1.1/5/4, जो मैं सारे अलग अलग करके लिख लें इदा करके लिख लवान क्लीयर चीज़, ये सारे इदा अलग अलग करके लिख सकता। हूँ यदा डेसीमल कन्वर्ट कर सदा, यह की बन गया मेरे को 10, यह भी की बन गया मेरे को 10, यदा डेसीमल उपर चला जाएगा, यह भी की बन गया 10 बन गया। हूँ तो क्लीयर है 18/10 गुणा हूँ पॉइंट चखे गए 7/2 72/10 तो 10/54 क्लीयर चीज़। हूँ मैं अपना प्रॉपर अपना टेबल पढ़ के तुम्हें तीन तीन का तीन का जो 18 का टेबल आता है फिर तो बहुत सौखा है तेरे को ना, तो इन कटिंग कर सकते हो पहले 10 के नाल 10 ही कट कर लो ठीक है। 18/3 का कि हो जाएगा तेरे को 18/3 ना गुल गुणा करके देख लो 54, इन कितने कट देंगे 3 से एक कटे जाएगा 72 तेरे को कि गया प्लस 6 से गया 2 से 12 कि गया तेरे को 4 से गया 24 है ना, चाहे 72 में डिवाइड करके देख लो जो नहीं लगता तुम्हें पता, वैसे तो बहुत 10th तक तो कैलकुलेशन बहुत तेज़ हो जाती है बच्चे दी, तो उसके बाद को बच गया 24 बच गया, तो 24/10 बच गया, एक 24 बचा एक 10 बचा है ना, यह दोनों लिख लिया इदा क्योंकि 24 उपर पिया है तो 10 थले पिया है, यदा डेसिमल कन्वर्ट कर लो ये की बन गया 2.4, यह मेरे को कितना जाएगा 2.4, यह मेरे को कि आंसर आ गया था ठीक है जी। दूजा क्वेश्चन हो गया, हम आप थर्ड क्वेश्चन देखते हैं कि मेरे को थर्ड क्वेश्चन की है, सैकेंड क्वेश्चन की है, किसी ट्रायंगल पी क्यू आर दी भुजावान पी क्यू और पी आर उत्ते क्रमवार बिंदु ई और एफ स्थित हैं। मेरे को इन्हें कुछ डायग्राम दिता हुआ, कोई डायग्राम नहीं दिता हुआ, कहते किसी मान लो कोई कोई ट्रायंगल है मेरे को है वो आप इतने बना के देखते हैं पी क्यू तो आर दी भुजावान पी क्यू और पी आर उत्ते पी क्यू आर ई तो पी आर उत्ते क्लीयर चीज़ उत्ते क्रमवार ई तो एफ बिंदु ने ई तो एफ की है बिंदु हैं हेठ लिखिया हरेक की स्थिति दसो की है कि ई की ई एफ पैरल है क्यू आर दे ठीक है, दसो स्थिति दसो की फिर कॉमा पाया कि की ई एफ पैरल क्यू आर दे भी दसो भी पैरल है कि नहीं है, क्लीयर हो रही है गल। सानू एक दो तीन चार चार चीज़ा चार साइडा सू मतलब एक तरीके इन्होंने देती हुई ने, तो असी की पता करना है कि भी यह पैरल है कि नहीं है, समझते पे ना गलू ये पैरल है कि नहीं है, तो ये कि प्रमेय लगेगा साढ़े को, तो आप सॉल्व करने की कोशिश करते हैं। ये साढ़े को सैकेंड सम है 6.2 एक्सरसाइज का क्लीयर चीज़, तो सानू की कहता सी वो एक ट्रायंगल की होना सानू कि पी क्यू आर दियाँ भुजावान ट्रायंगल पी क्यू आर दुजावान पी क्यू अते पी आर के उत्ते सानू की चाहिए क्रमवार बिंदु केड़े बिंदु के होने सानू ई ते एफ स्थित हैं हेठ लिखे विचों हरेक की स्थिति दसनी सी कि उन्हें यह भी पूछे कि एफ पैरेलल है क्यू आर दे भी चीज़ पूछी सी, चलो पहले एक ट्रायंगल बनाओ इतने वो हर वारी वैल्यू बदल लेनी ने तुम्हें तो तीन पार्ट बन जाने सवाल देना। पहली बार मेरे को है पहले तो मैं पी क्यू आर ट्रायंगल बनाना इतने की बनाना ई ते एफ, पहली बार मैंने पी ई कि गिवन है 3.9, ई क्यू कि गिवन है 3, तो पी एफ कि गिवन है 3.6, तो एफ आर कि गिवन है 2.4। उन्होंने मैंने की पूछा है कि भी आ पैरल है ई एफ पैरल है मतलब ई एफ पैरल है क्यू आर दे, जो मैंने आ चीज़ पूछी है तो मैं दूजी कंडीशन लगाऊंगा, तो दूजी कंडीशन की बनती है मतलब जो पी ई का अनुपात कि इक्वल हो जाए ई क्यू पी ई बाय ई क्यू का अनुपात दूजी साइड के अनुपात आ साइड के अनुपात के इक्वल आ जाए, तो दूजी साइड मेरे को है पी एफ बाय एफ आर क्लीयर चीज़। जी आ चीज़ होंगी है जी आ चीज़ प्रूव होंगी है कि हाँ दोनों का अनुपात समान है तो दैट मीनस आ लाइना की होगी पैरल हो जे समान नहीं हो तो लाइना पैरल नहीं होनगियाँ, यह तो उल्टा है जो लाइना पैरल ने तो अनुपात समान होंगे ने जो अनु तो सीधा है जो अनुपात समान होंगे ने तो लाइना पैरल होंगे ने क्लीयर चीज़। हम आप सॉल्व करके देख लेंगे तो सारे सवाल इदा ही सॉल्व हो जाने ये तो पी क्यू की वैल्यू क्यों बनी मैंने 3.9/3 कटिंग, तो दूजी मेरे को है मेरे को
3.6/2.4 ठीक है जी, कटिंग कर लो, मेरे को कितना गया 1.3/1 तो यू कटिंग कर लो, मेरे को कितना गया 12 का पहाड़ा पढ़ लो, 12×12 जो भी 3/2 आ गया। क्लियर चीज़ है। हूँ 3/2 दोनों कटिंग कर लो, ये मेरे को कितना बन गया 1.5 बन गया, बनेगा ना 3 नाल डिवाइड करके देखो, इनू 2 ते 2 1 ते गया पॉइंट लगा के डेसिमल 0 10 5 ते, मतलब ये गया 1.3 = 1.5 थले 1 ता पे आई है दोनों दे, है ना, क्योंकि 1 ते जाएगा 2 1 दा ते ते कटया गया, तो दैट मीनस ये वैल्यू इक्वल नहीं है, थले वाले इक्वल ने, पर आ रेशो ये रेशो इक्वल नहीं, अनुपात सेम नहीं आया है, मतलब यदा की बन गया 1.3 = 1.5 क्योंकि 1.3 की वैल्यू 1.5 इक्वल नहीं हैगी, इस करके ये असं कह सकते हैं कि जी उन्हें लाइन कही है भी ये ई एफ पैरल नहीं है क्यू आर दे, ठीक है जी, तो इस करके आ भी आपस के इक्वल नहीं आए, तो जी कंडीशन की होगी ये गलत हो गई है, यह लाइन जी उन्हें मैं तो साढ़े तो पूछी थी कि ई एफ पैरल है क्यू आर दे नहीं है, क्योंकि ये अनुपात समान नहीं आया। क्लियर, दूजा क्वेश्चन करते हैं जी, दूजे क्वेश्चन जी मेरे को ट्रायंगल तो ही बनेगी पी क्यू आर ई ते एफ, वैल्यू की गिवन है मैनू पी ई 4 क्यू ई 4.5 ते पी एफ 8 ते 9, फिर यही कंडीशन लगाऊंगा, उन्होंने मेरे तो यही चीज़ पूछी है कि ई एफ पैरल है क्यू आर दे, इनू सिद्ध कर ली मैंने की करना पैना है पी ई बाय ई क्यू एंड पी एफ बाय एफ आर, पी क्यू की वैल्यू कितनी है 4.5/8/9, क्लीयर चीज़ है, इनू कन्वर्ट कर लूँगा, यदा डेसिमल उपर चला जाएगा 4.5, यदा डेसिमल चक के मैं उपर लै गया, ये मेरे को बन गया 8/9, एक ही बन गया मेरे को 40/45, एक ही बन गया मेरे को 8/9, हूँ इतने 5 का पहाड़ा वालों 8×5 = 40 तो ये कितने तक गया 9×5 = 45, मतलब 8/9 के इक्वल आ गया, 8/9 के इक्वल आ गया 8/9 दे, दैट मीनस जिहड़ा पी ई है वो इक्वल है ई क्यू दे एंड पी एफ है एफ आर दे, ते फिर इसलिए साढ़े को हो गया ये चीज़ की होगी पैरल होगी की होगी जी लाइन असी प्रूव करनी सी, इस करके की है समान अनुपात बढ़ता है, इस करके ई एफ पैरल होगी क्यू आर दे, ठीक है जी, ये हो गया दूजा क्वेश्चन साढ़े को, इसका तीसरा पार्ट देखते हैं, तीसरा पार्ट साढ़े को है फिर वही ट्राइंगल द्वारा बनावेंगे, ये की है पी क्यू आर इत की है ई इत की है एफ की वैल्यू की बने, मैंने हूँ पी क्यू कि बना 1.28, पी आर किन्ना है 2.56, ए किन्ना है 0.18, ए किन्ना है 9, क्लीयर चीज़, हूँ यही चीज़ प्रूव करनी है कि भाई ई एफ पैरेलल है क्यू आर दे, यही की करनी है ये प्रूव करनी है, ये असी सिद्ध करना है, जे सिद्ध करना किस तरह कर सकते असी पी ई बाय ई क्यू दी लैके एंड पी एफ लैके क्यू आर दे, एक ही लगाया समान अनुपात था परिमेय लगा के, तो पी ई की वैल्यू मैंने कितनी गिवन है 1.28, ई क्यू की वैल्यू कितनी है 2.56, ठीक है 128 का डबल करके देखो 256 होता है, तो एक 0.18 ये मेरे को 9, क्लीयर चीज़ आ चीज़ आ गया मेरे को वन सैकेंड इतने मैंने की है 0.18 0.36 है, आ वैल्यू मेरे को 0.36, तो इतने वैल्यू कि 0.36, क्लीयर 18 का दुगुना किन्ना होंगे 36 होंगे, क्लीयर चीज़ यदा सिंपल सवाल हो गया, इन्होंने इदा कर लो 128/256 × 100 उपर यदा गुणा 100 यह भी किन्ना हो गया 18/36 यदा डेसिमल कन्वर्ट करके 100/100, ठीक है जी, तो 100 के 100 से कैंसल करता, 100 के 100 जोड़ा 100 से वह भी कैंसल करता, तो मेरे को बच गया 128/256 एक ही बन गया 18/36, हूँ 128 का पहाड़ा पढ़ के देख लो, 128 दो ना करके देखेंगे कर दो 16 6 2 4 1 5 2 1 2 256 कितना बनता है 1/2, 18 का पहाड़ा पढ़ के देख लो 18 दूना कितना होता है 36 कितना है 1/2 दोनों कितना गया 1/2 ते 1/2,
ਕਲੀਅਰ ਜੀ, ਠੀਕ ਹੈ। ਇਸ ਕਰਕੇ ਕੀ ਹੈ, ਦੋਨੋਂ ਦੀ ਵੈਲਿਊ ਸੇਮ ਆ ਗਈ, ਇਸ ਕਰਕੇ ਆਹ ਚੀਜ਼ ਪ੍ਰੂਵ ਹੋ ਗਈ ਹੈ। ਅਤੇ ਜਿਹੜੀ ਤੁਹਾਡੀ ਈ ਐਫ ਓ ਕੀ ਆ, ਪੈਰਲਲ ਹੈ ਕਿਊ ਕਰਦੇ ਹੈ ਨਾ। ਬਾਕੀ ਤੁਹਾਨੂੰ ਟੀਚਰਾਂ ਨੇ ਹੋਰ ਤਰੀਕੇ ਨਾਲ ਵੀ ਕਰਵਾਇਆ ਹੋ ਸਕਦਾ ਹੈ ਕਿ ਬਈ ਇਹਨੂੰ ਛੋਟਾ ਕਰ ਲਓ ਜਾਂ ਵੱਡਾ ਕਰ ਲਓ, ਠੀਕ ਹੈ ਜੀ। ਇਸ ਤਰੀਕੇ ਨਾਲ ਵੀ ਕਰਵਾਇਆ ਹੋ ਸਕਦਾ ਹੈ, ਤਾਂ ਇੱਕ ਪਾਰਟ ਤੁਹਾਡੇ ਕੋਲ ਹੋਰ ਤਰੀਕੇ ਨਾਲ ਤੁਸੀਂ ਕਰ ਸਕਦੇ ਹੈਗੇ ਇਹਦੇ ਵਿੱਚ, ਜਿਹੜਾ ਆਪਣੇ ਕੋਲ ਹੁਣ ਜਿਹੜਾ ਪ੍ਰੋਪਰ ਸਮ ਚੱਲਣਾ ਹੈ, ਜਿਹੜਾ ਹੁਣ ਹੈਗਾ ਉਹ ਆਪਣੇ ਕੋਲ ਸਮ ਕੀ ਹੈਗਾ ਉਹਨੂੰ ਦੇਖਦੇ ਹਾਂ ਪ੍ਰੋਪਰ। ਹੁਣ ਆਪਾਂ ਨੂੰ ਗਿਵਨ ਕੀ ਹੈਗਾ, ਇਹ ਤੀਸਰਾ ਪਾਰਟ ਹੈ, ਠੀਕ ਹੈ, ਤੀਸਰਾ ਪਾਰਟ ਹੈ ਇਹ। ਇਹਦੇ ਵਿੱਚ ਜਿਹੜਾ ਕੁਐਸਚਨ ਹੈ ਥੋੜ੍ਹਾ ਜਿਹਾ ਘੁਮਾ ਕੇ ਪੁੱਛਿਆ ਇਹਨਾਂ ਨੇ, ਪੀ ਕਿਊ ਆਰ ਈ ਅਤੇ ਐਫ, ਠੀਕ ਹੈ। ਵੈਲਿਊ ਥੋੜ੍ਹੀ ਜਿਹੀ ਘੁਮਾ ਕੇ ਦਿੱਤੀ ਹੋਈਆਂ ਨੇ ਮੈਨੂੰ, ਕਿੱਦਾਂ ਪੀ ਕਿਊ ਪੂਰਾ ਗਿਵਨ ਹੈ ਹੁਣ, ਸੋਰੀ ਮੈਨੂੰ ਕੀ ਗਿਵਨ ਹੈ, ਪੀ ਕਿਊ ਗਿਵਨ ਹੈ ਮੈਨੂੰ ਪੂਰਾ 1.28 ਸੈਂਟੀਮੀਟਰ, ਪੀ ਆਰ ਗਿਵਨ ਹੈ 2.56 ਸੈਂਟੀਮੀਟਰ, ਪੀ ਈ ਗਿਵਨ ਹੈ 0.18 ਸੈਂਟੀਮੀਟਰ, ਅਤੇ ਪੀ ਐਫ ਗਿਵਨ ਹੈ ਮੈਨੂੰ 0.36 ਸੈਂਟੀਮੀਟਰ। ਕਲੀਅਰ ਚੀਜ਼, ਪਹਿਲਾਂ ਮੈਂ ਤੁਹਾਨੂੰ ਸਿੰਪਲ ਕਰਕੇ ਦਿਖਾਤਾ ਵੀ ਜੇ ਉਸ ਤਰੀਕੇ ਨਾਲ ਹੁੰਦਾ, ਕਿਉਂਕਿ ਪੇਪਰ ਦੇ ਬੋਰਡ ਦੇ ਵਿੱਚ ਤੁਹਾਨੂੰ ਵੈਲਿਊ ਬਦਲ ਸਕਦੇ ਆ, ਹੁਣ ਆਪਾਂ ਪ੍ਰੋਪਰ ਤਰੀਕੇ ਨਾਲ ਕਰਦੇ ਹਾਂ, ਇਹ ਥੋੜ੍ਹਾ ਜਿਹਾ ਘੁਮਾ ਕੇ ਇਹਨਾਂ ਨੇ ਕੀਤਾ ਹੋਇਆ, ਅਤੇ ਉਹ ਕਿਸ ਤਰੀਕੇ ਨਾਲ ਕੀਤਾ ਉਹਨੂੰ ਦੇਖਦੇ ਹਾਂ। ਹੁਣ ਜਿਹੜਾ ਸਾਨੂੰ ਕੀ ਗਿਵਨ ਹੈ, ਪੀ ਕਿਊ ਗਿਵਨ ਹੈ ਸਾਨੂੰ ਕਿੰਨਾ, 1.28, ਦੈਟ ਮੀਨਸ ਸਾਨੂੰ ਆਹ ਪੂਰੀ ਲੈਂਥ ਕਿੰਨੀ ਗਿਵਨ ਹੈ, 1.28 ਗਿਵਨ ਹੈ। ਉਹ ਤੋਂ ਬਾਅਦ ਪੀ ਆਰ ਕਿੰਨਾ ਗਿਵਨ ਹੈ, ਆਹ ਪੂਰੀ ਲੈਂਥ, ਪੀ ਆਰ ਕਿੰਨਾ ਗਿਵਨ ਹੈ ਸਾਨੂੰ, 2.56। ਕਲੀਅਰ ਚੀਜ਼, ਇਸ ਤਰੀਕੇ ਨਾਲ ਇਹ ਤਾਂ ਤੁਹਾਨੂੰ ਬੁੱਕ ਦੇ ਵਿੱਚ ਸਮਝ, ਜਿਹੜਾ ਤੁਹਾਨੂੰ ਪਿੱਛੇ ਕਰਾਇਆ ਹੈ ਉਹ ਜਸਟ ਇੱਕ ਐਗਜ਼ਾਮਪਲ ਕਰਾਈ ਹੈ ਕਿ ਉਸ ਤਰੀਕੇ ਨਾਲ ਜੇ ਕੋਈ ਹੋਰ ਸਵਾਲ ਆ ਜਾਵੇ ਆਹੀ ਚੀਜ਼ ਨੂੰ ਇਸ ਤਰੀਕੇ ਨਾਲ ਪਾ ਦੇਣ, ਠੀਕ ਹੈ। ਕਿਉਂਕਿ ਜੇ ਤੁਸੀਂ ਇਹ ਡਿਫਰੈਂਟ ਤਰੀਕੇ ਨਾਲ ਕੀਤਾ ਹੋਇਆ ਉਹ ਸਿੱਧਾ ਵੀ ਪਾ ਸਕਦੇ ਆ ਬੋਰਡ ਵਾਲੇ, ਠੀਕ ਹੈ, ਜੇ ਸਿੱਧੇ ਤਰੀਕੇ ਨਾਲ ਜਾਵੇ ਇਹ। ਹੁਣ ਆਪਾਂ ਜੋ ਕਲਾ ਬੁੱਕ 'ਚ ਹੈ ਉਸ ਤਰੀਕੇ ਨਾਲ ਕਰਨ ਲੱਗੇ ਹਾਂ, ਤਾਂ ਪੀ ਕਿਊ, ਅਤੇ ਉਹ ਤੋਂ ਬਾਅਦ ਸਾਨੂੰ ਕੀ ਗਿਵਨ ਹੈ, ਪੀ ਈ ਗਿਵਨ ਹੈ। ਫਿਰ ਜਿਹੜਾ ਪੀ ਈ ਗਿਵਨ ਹੈ ਉਹ ਕਿੰਨਾ ਗਿਵਨ ਹੈ, 0.18। ਜਿਹੜਾ ਪੀ ਐਫ ਹੈ ਉਹ ਗਿਵਨ ਕਿੰਨੀ ਗਿਵਨ ਹੈ, 0.36। ਹੁਣ ਸਾਨੂੰ ਨਾ ਆਹ ਵੈਲਿਊ ਪਤਾ ਹੈ ਨਾ ਸਾਨੂੰ ਆਹ ਵੈਲਿਊ ਪਤਾ ਹੈ, ਠੀਕ ਹੈ, ਦੋਨੀ ਵੈਲਿਊ ਨਹੀਂ ਪਤੀਆਂ। ਅਤੇ ਜੇ ਅਸੀਂ ਪ੍ਰੂਵ ਕਰਨਾ ਹੈ ਵੀ ਕਿਊ ਆਰ ਈ ਐਫ ਪੈਰਲਲ ਹੈ ਕਿਊ ਆਰ ਦੇ, ਤਾਂ ਸਾਨੂੰ ਪਹਿਲੀ ਗੱਲ ਕੀ ਕਰਨਾ ਪੈਣਾ ਹੈ, ਪੀ ਈ ਬਾਏ ਈ ਕਿਊ ਐਂਡ ਪੀ ਐਫ ਬਾਏ ਐਫ ਆਰ, ਇਹੀ ਚੀਜ਼ ਪ੍ਰੂਵ ਕਰਨੀ ਪੈਣੀ ਹੈ। ਪਰ ਹੁਣ ਸਾਡੇ ਕੋਲ ਪ੍ਰੋਬਲਮ ਕੀ ਆ, ਸਾਨੂੰ ਨਾ ਆਹ ਸਾਈਡ ਪਤਾ ਹੈ ਨਾ ਸਾਨੂੰ ਆਹ ਸਾਈਡ ਪਤਾ ਹੈ, ਪਰ ਸਾਨੂੰ ਇੱਦਾਂ ਪਤਾ ਹੈ ਵੀ ਹੁਣ ਪੀ ਕਿਊ ਇੱਥੇ ਬਣਾ ਲੈਣਾ ਹੈ, ਆਹ ਮੇਰੇ ਕੋਲ ਕੀ ਹੈ, ਪੀ ਕਿਊ ਹੈ, ਠੀਕ ਹੈ ਜੀ। ਇਹ ਮੇਰੇ ਕੋਲ ਕਿੰਨੀ ਹੈ, 1.28, ਪਰ ਇੱਥੇ ਜਿਹੜਾ ਪੁਆਇੰਟ ਹੈ ਉਹ ਕੀ ਹੈ ਮੇਰੇ ਕੋਲ, ਈ, ਠੀਕ ਹੈ ਜੀ। ਆਹ ਵਾਲਾ ਪੁਆਇੰਟ ਜਿਹੜਾ ਈ ਹੈ ਪੀ ਤੋਂ ਈ ਤੱਕ, ਉਹ ਕਿੰਨਾ ਹੈ ਮੇਰੇ ਕੋਲ, 0.18। ਹੁਣ ਜੇ ਮੈਂ ਟੋਟਲ ਦੇ ਵਿੱਚੋਂ ਆਹ ਵਾਲਾ ਮਾਈਨਸ ਕਰ ਦੇਵਾਂ ਤਾਂ ਸਿਰਫ ਆਹ ਬਚ ਜਾਏਗਾ ਨਾ, ਸਮਝਦੇ ਪਏ ਨਾ। ਜੇ ਮੈਂ ਟੋਟਲ ਦੇ ਵਿੱਚੋਂ ਆਹ ਮੇਰੇ ਕੋਲ ਕੀ ਸੀਗੀ, ਟੋਟਲ ਲੈਂਥ ਸੀਗੀ, ਟੋਟਲ ਦੇ ਵਿੱਚੋਂ ਆਹ ਵਾਲਾ ਪੀਸ ਚੱਕ ਦੇਵਾਂ, ਆਹ ਵਾਲਾ ਪੀਸ ਖਤਮ ਕਰ ਦੇਵਾਂ, ਤਾਂ ਮੇਰੇ ਕੋਲ ਸਿਰਫ ਆਹ ਬਚ ਜਾਏਗਾ। ਟੋਟਲ ਮੇਰੇ ਕੋਲ ਕਿੰਨਾ ਹੈ, 1.28। ਇਹ 'ਚੋਂ ਮੈਂ ਖਤਮ ਕਿੰਨਾ ਕਰਨਾ ਹੈ, ਇੱਥੇ ਤੱਕ ਆਹ ਵਾਲਾ ਪਾਰਟ ਖਤਮ ਕਰਨਾ ਹੈ, ਠੀਕ ਹੈ ਜੀ। ਆਹ ਵਾਲਾ ਪਾਰਟ ਕਿੰਨਾ ਖਤਮ ਕਰਨਾ ਹੈ, ਇਹ ਮਾਈਨਸ ਕਰਨਾ ਹੈ, ਕਿੰਨਾ ਮੇਰੇ ਕੋਲ ਹੈ, 0.18। ਅਤੇ ਜਿਹਨੂੰ ਮੈਂ ਖਤਮ ਕਰ ਦਿੰਦਾ ਤਾਂ ਮੇਰੇ ਕੋਲ ਸਿਰਫ ਆਹ ਬਚੂਗਾ, ਤਾਂ ਇਸ ਕਰਕੇ ਮੈਨੂੰ ਕਿੰਨਾ ਮਾਈਨਸ ਕਰਨਾ ਪੈਣਾ। ਦੂਜੇ ਪਾਸੇ ਵੀ ਇੱਦਾਂ ਹੀ ਆ, ਜਿਹੜਾ ਮੇਰੇ ਕੋਲ ਪੀ ਆਰ ਹੈ ਉਹ ਕਿੰਨਾ ਮੇਰੇ ਕੋਲ, 2.56। ਅਤੇ ਇੱਥੇ ਤੱਕ ਮੈਨੂੰ ਕਿੰਨਾ ਗਿਵਨ ਹੈ, ਪੀ ਐਫ ਕਿੰਨਾ ਗਿਵਨ ਹੈ ਸਾਨੂੰ, ਆਹ ਵਾਲੀ ਚੀਜ਼ ਵੈਲਿਊ ਕਿੰਨੀ ਹੋਣਾ, 0.36। ਅਤੇ ਮੈਂ ਜੇ ਇਹਦੇ ਵਿੱਚੋਂ ਆਹ ਵਾਲੀ ਮਾਈਨਸ ਕਰ ਦੂੰਗਾ ਮੈਨੂੰ ਆਹ ਵਾਲੀ ਚੀਜ਼ ਲੱਭ ਜਾਏਗੀ। ਇਹ ਸਾਈਡ ਨੂੰ ਮੈਂ ਇਸ ਤਰੀਕੇ ਨਾਲ ਆਇਆ, ਤਾਂ ਹੁਣ ਪ੍ਰੋਪਰ ਸੋਲਵ ਕਰਦੇ ਹਾਂ, ਸਵਾਲ ਸੌਖਾ ਹੀ ਹੈ, ਕੋਈ ਨਹੀਂ ਹੈਗਾ। ਤਾਂ ਈ ਕਿਊ ਮੇਰੇ ਕੋਲ ਕੀ ਬਣ ਜਾਏਗਾ, ਕਿਉਂਕਿ ਮੈਂ ਈ ਕਿਊ ਲੱਭਣਾ ਸੀ, ਉਹ ਕੀ ਬਣ ਜਾਏਗਾ, ਪੀ ਕਿਊ ਮਾਈਨਸ ਪੀ ਈ, ਠੀਕ ਹੈ। ਇਹ ਬੁੱਕ ਦੇ ਅਕੋਰਡਿੰਗ ਸਮ, ਜਿਹੜਾ ਪਿਛਲੀ ਤੁਹਾਨੂੰ ਕਰਾਈ ਸੀ ਉਹ ਇੱਕ ਜਸਟ ਐਗਜ਼ਾਮਪਲ ਕਰਾਈ ਸੀਗੀ। ਈ ਕਿਊ ਇਹ ਕੀ ਬਣ ਗਿਆ ਮੇਰੇ ਕੋਲ, ਪੀ ਕਿਊ ਮਾਈਨਸ ਪੀ ਈ, ਇਹ ਮੇਰੇ ਕੋਲ ਆ ਗਿਆ 1.28 - 0.18। ਇਹ ਮੈਂ ਤੁਹਾਨੂੰ ਮਾਈਨਸ ਕਰਨਾ ਸਿਖਾਇਆ ਸੀਗਾ, 1.28। ਡੈਸਮਲ ਥੱਲੇ ਡੈਸਮਲ ਰੱਖੋ, 1.8 ਅਤੇ 0, 8 - 8 ਗਏ 0, 2 - 1 ਗਿਆ 1, ਅਤੇ ਇੱਥੇ ਪੁਆਇੰਟ, ਇਹ ਕੀ ਬਣ ਗਿਆ ਮੇਰੇ ਕੋਲ 1, ਠੀਕ ਹੈ ਜੀ। ਅਤੇ ਇਸ ਤਰੀਕੇ ਨਾਲ ਸੋਲਵ ਕਰ ਸਕਦੇ ਤੁਸੀਂ, 1.10 ਸੈਂਟੀਮੀਟਰ। ਤਾਂ ਦੂਜਾ ਮੇਰੇ ਕੋਲ ਕੀ ਆ, ਐੱਫ ਆਰ, ਐੱਫ ਆਰ ਅਗਲਾ ਪਾਸਾ ਸੀਗਾ, ਉਹ ਮੇਰੇ ਕੋਲ ਕੀ ਆ ਜਾਏਗਾ, ਪੀ ਆਰ ਮਾਈਨਸ ਪੀ ਐੱਫ, ਇਹ ਮੇਰੇ ਕੋਲ ਕੀ ਬਣ ਗਿਆ, 2.56 ਮਾਈਨਸ 0.36, ਇਹ ਮੇਰੇ ਕੋਲ ਕੀ ਆ ਗਿਆ, 2.20। 2.56 ਡੈਸੀਮਲ ਥੱਲੇ ਡੈਸੀਮਲ, 3 - 6 - 0, ਇਹ ਕੀ ਆ ਗਿਆ, ਕੈਂਸਲ 0, ਇਹ 'ਚੋਂ ਮੇਰੇ ਕੋਲ 2.2, ਇਹ ਕੀ ਮਿਲ ਗਿਆ, 2.20 ਸੈਂਟੀਮੀਟਰ। ਕਲੀਅਰ ਚੀਜ਼ ਇਹ। ਹੁਣ ਮੈਨੂੰ ਦੋਨੋਂ ਸਾਈਡ ਲੱਭ ਗਈਆਂ,
ਆਹ ਵਾਲਾ ਵੀ ਪਤਾ ਲੱਗ ਗਿਆ, ਆਹ ਵਾਲਾ ਵੀ ਪਤਾ ਲੱਗ ਗਿਆ, ਹੁਣ ਮੈਂ ਆਹੀ ਕੰਡੀਸ਼ਨ ਲਗਾ ਸਕਦਾ, ਆਹ ਵਾਲੀ ਕੰਡੀਸ਼ਨ ਦੇ ਅਕੋਰਡਿੰਗ ਚੱਲ ਸਕਦਾ, ਤਾਂ ਪੀ ਈ ਦੀ ਵੈਲਿਊ ਮੇਰੇ ਕੋਲ ਕੀ ਹੈ? 0.18। ਅਤੇ ਮੇਰੇ ਕੋਲ ਈ ਕਿਊ ਕਿੰਨਾ ਆ ਗਿਆ ਹੈ? ਈ ਕਿਊ ਮੈਂ ਕਿੰਨਾ ਲੱਭ ਲਿਆ ਸੀਗਾ? 1.10 ਸੈਂਟੀਮੀਟਰ। ਠੀਕ ਹੈ ਜੀ, ਤਾਂ ਇੱਥੇ ਮੈਂ ਕੀ ਲਿਖ ਦੂੰਗਾ, 1.10 ਇਜ ਇਕੁਅਲ ਟੂ, ਇੱਧਰ ਮੇਰੇ ਕੋਲ ਕੀ ਸੀਗਾ, 0. ਪੀ ਐੱਫ ਕਿੰਨਾ ਮੇਰੇ ਕੋਲ? 3.6। ਅਤੇ ਆ ਲੱਭ ਕੇ ਮੈਨੂੰ ਕਿੰਨਾ ਆਇਆ ਸੀਗਾ? 2.20। ਇਹਦੇ ਡੈਸੀਮਲ ਕਨਵਰਟ ਕਰ ਲਓ, ਠੀਕ ਹੈ, ਇਹ ਬਣ ਗਿਆ 18/110। ਕਲੀਅਰ ਜੀ, 18/ ਮੇਰੇ ਕੋਲ ਕਿੰਨਾ ਬਣ ਗਿਆ? 110 ਗੁਣਾ 100 ਗੁਣਾ 100। ਠੀਕ ਹੈ ਜੀ, ਇੱਧਰ ਮੇਰੇ ਕੋਲ ਬਣ ਗਿਆ 36/220, 100/100। ਇਹ ਤਾਂ ਕੈਂਸਲ ਹੋ ਗਏ ਸਾਰੇ, ਇਹ ਮੇਰੇ ਕੋਲ ਕਿੰਨਾ ਆ ਗਿਆ ਫਿਰ? 18/110 ਗੁਣਾ 36/220। ਕਲੀਅਰ ਜੀ, ਹੁਣ ਇਹਨੂੰ ਕੈਂਸਲ ਕਰਨਾ ਹੈ, ਕਟਿੰਗ ਕਰਨੀ ਆ। ਇਹਦੀ ਕਟਿੰਗ ਕਰਾਂਗੇ 9 ਦੇ ਟੇਬਲ ਦੇ ਕਰਕੇ ਦੇਖ ਲਓ, ਜਾਂ ਕਿਸੇ ਹੋਰ ਤਰੀਕੇ ਨਾਲ ਕਰਕੇ ਦੇਖ ਲਓ। 110 5 ਦੇ ਟੇਬਲ 'ਤੇ ਵੀ ਨਹੀਂ ਜਾਂਦਾ ਹੈਗਾ, ਠੀਕ ਹੈ ਜੀ, 3 ਦੇ ਟੇਬਲ ਦੇ ਕਰਕੇ ਦੇਖ ਲਓ, 3 'ਤੇ ਜਾਂਦਾ ਕਿ ਨਹੀਂ ਜਾਂਦਾ, 2 ਦੇ ਟੇਬਲ ਦੇ ਕਰਕੇ ਦੇਖ ਲਓ, 2 'ਤੇ ਤਾਂ ਦੋਨੋਂ ਜਾਂਦੇ ਆ, ਇਹ ਕਿੰਨਾ ਜਗ੍ਹਾ? 9/55। ਇਹ 2 'ਤੇ ਜਾਂਦੇ ਨੇ, ਇਹ 2 'ਤੇ ਕਟਿੰਗ ਕਰੇਗੇ ਉਹ, ਪਹਿਲੇ ਕਿੰਨਾ ਬਣ ਜਾਏਗਾ? 18/110। ਫਿਰ ਇਹਨੂੰ ਲੋਸਟ ਫਾਰਮ 'ਚ ਲੈ ਕੇ ਆਓ, ਇਹ ਵੀ ਕਿੰਨਾ ਬਣ ਗਿਆ? 9/55। ਮਤਲਬ ਇਹ ਵੀ ਕਿੰਨਾ ਆ ਗਿਆ? 9/55। ਤਾਂ ਦੋਨਾਂ ਦੀ ਵੈਲਿਊ ਕੀ ਆ ਗਈ ਆ? ਸੇਮ ਆ ਗਈ ਆ। ਤਾਂ ਇਸ ਕਰਕੇ ਇਹ ਵੀ ਕੀ ਆ, ਇਹ ਕੰਡੀਸ਼ਨ ਨੂੰ ਪ੍ਰੂਵ ਕਰਦੇ ਪਏ ਨੇ, ਇਸ ਕਰਕੇ ਫਿਰ ਇਹਦੇ ਵਿੱਚ ਈ ਐੱਫ ਪੈਰਲਲ ਹੋਏਗੀ ਕਿਊ ਆਰ ਦੇ। ਕਲੀਅਰ ਜੀ ਚੀਜ਼ ਇਹ ਹੈ, ਇਹ ਆਪਾਂ ਸਮਾਨ ਅਨੁਪਾਤਤਾ ਪ੍ਰਮੇਯ ਦੇ ਅਕੋਰਡਿੰਗ ਇਹ ਸਵਾਲ ਕੀਤੇ ਨੇ। ਠੀਕ ਹੈ ਜੀ, ਜਿਹੜਾ ਆਪਾਂ ਸੈਕਿੰਡ ਥਰਡ ਸਮ ਹੈ ਆਪਾਂ ਨੈਕਸਟ ਵੀਡੀਓ ਲੈਕਚਰ ਵਿੱਚ ਕਰਦੇ ਹਾਂ। ਇਹ ਵੀਡੀਓ ਲੈਕਚਰ ਦੇਖਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ।